ਬਚਪਨ ਤੇ ਬਾਈ ਬਰਥ ਹੀ ਨੂੰ ਪ੍ਰੋਬਲਮ ਸੀਗੀ ਤੇ ਫਿਰ ਜਦੋਂ 2 ਸਾਲ ਦਾ ਹੋਇਆ ਸਾਨੂੰ ਉਦੋਂ ਫਿਰ ਪਤਾ ਲੱਗਿਆ ਕਿ ਬਾਈ ਬਰਥ ਹੀ ਜਮਾਂਦਰੂ ਜਿਹਨੂੰ ਕਹਿੰਦੇ ਆ ਉਹਨੂੰ ਕੀ ਪ੍ਰੋਬਲਮ ਹੈਗੀ ਇਹ 'ਚ ਕਮੀ ਹੈਗੀ ਅੱਜ ਮੈਨੂੰ ਉਦੋਂ ਅੰਮ੍ਰਿਤਸਰ ਚੰਡੀਗੜ੍ਹ ਸਰ ਗੰਗਾ ਰਾਮ ਹੋਸਪਿਟਲ ਦਿੱਲੀ ਤੱਕ ਵੀ ਇਹਦੀ ਅਪਰੋਚ ਕੀਤੀ ਹੈ ਲੇਕਿਨ ਇਹਦੀ ਕੋਈ ਗੱਲਬਾਤ ਬਣੀ ਨਹੀਂ ਕੋਈ ਐਸੀ ਕਿ ਜਿਹਨਾਂ ਨਾਲ ਬਿਲਕੁਲ ਠੀਕ ਹੋ ਜਾਵੇ ਲਿਪਸ ਰੀਡਿੰਗ ਨਾਲ ਸਾਨੂੰ ਗੱਲ ਆਪਣੀ ਸਮਝਾਉਂਦਾ ਅਤੇ ਲਿਪਸ ਰੀਡਿੰਗ ਨਾਲ ਹੀ ਸਾਡੀ ਗੱਲ ਸਮਝਦਾ ਇਸ਼ਾਰਾ ਕੋਈ ਨਹੀਂ ਕਰਦਾ ਨਾ ਇਹ ਨੂੰ ਇਸ਼ਾਰਾ ਕਰਨੇ ਆ ਨਾ ਇਹ ਕੋਈ ਇਸ਼ਾਰਾ ਸਾਨੂੰ ਕਰਦਾ ਕੋਈ ਗੱਲ ਸਮਝਾਉਂਦਾ ਦੋਵਾਂ ਤਿੰਨਾਂ ਘੰਟੇ ਤਸਵੀਰ ਤਿਆਰ ਕਰਦਾ 3 ਕੁ ਘੰਟੇ ਤਸਵੀਰ ਤਿਆਰ ਕਰ ਲੈਂਦਾ ਕੋਈ ਵੇਖ ਕੇ ਤਸਵੀਰ ਵੇਖ ਕੇ ਇਹ ਤਿਆਰ ਕਰ ਲੈਂਦਾ ਅਤੇ ਉਹਦੇ ਇਹਦੇ ਮਨ ਦੇ ਵਿੱਚ ਗੱਲ ਆਈ ਕਿ ਜਿਹੜੇ ਮੋਟਰਸਾਈਕਲ ਗੁਆਚਾ ਵਾ ਉਹ ਆਪਣੇ ਪੁਲਿਸ ਹੀ ਲੱਭ ਸਕਦੀ ਆ ਇਸ ਕਰਕੇ ਨੇ ਫੇਸਬੁੱਕ ਦੇ ਵਿੱਚ ਨਾ ਆਪਣੇ SSP ਡਾਕਟਰ ਨਾਨਕ ਸਿੰਘ ਅਤੇ ਉਹਨਾਂ ਦੇ ਬੱਚੇ ਦੀ ਫੋਟੋ ਆਪਣੇ ਕੱਢੀ ਅਤੇ ਫਿਰ ਉਹਨੂੰ ਉਹਦਾ ਤਿਆਰ ਕੀਤੀ ਫੋਟੋ ਤਿਆਰ ਕਰਕੇ ਅਤੇ ਫਿਰ ਮੈਨੂੰ ਇਹਨੇ ਕਿਹਾ ਕਿ ਮੈਂ ਉਹਨੂੰ ਭੇਟ ਕਰਨਾ ਚਾਹੁੰਦਾ ਕਹਿੰਦੇ ਨੇ ਜੇ ਰੱਬ ਵੱਲੋਂ ਕਿਸੇ ਨੂੰ ਕੋਈ ਜਮਾਂਦਰੂ ਕਮੀ ਮਿਲਦੀ ਹੈ ਤਾਂ ਉਸਨੂੰ ਕੁਦਰਤ ਨੇ ਕੋਈ ਨਾ ਕੋਈ ਹੁਨਰ ਵੀ ਜ਼ਰੂਰ ਬਖਸ਼ਿਆ ਹੁੰਦਾ ਹੈ ਬੋਲਣ ਅਤੇ ਸੁਣਨ ਤੋਂ ਅਸਮਰੱਥ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨੌਜਵਾਨ ਪਰਮ ਮਹਾਜਨ ਨੂੰ ਵੀ ਇੱਕ ਕੁਦਰਤੀ ਹੁਨਰ ਮਿਲਿਆ ਜਿਸ ਨੂੰ ਆਪਣੀ ਮਿਹਨਤ ਸਦਕਾ ਹੋਰ ਨਿਖਾਰ ਕੇ ਉਸਨੇ ਜਿੰਦਾ ਦਿਲੀ ਦੀ ਮਿਸਾਲ ਵੀ ਕਾਇਮ ਕੀਤੀ ਹੈ ਇਸ ਨੌਜਵਾਨ ਨੇ ਵੱਖ ਵੱਖ ਤਰ੍ਹਾਂ ਦੀਆਂ ਪੇਂਟਿੰਗ ਬਣਾ ਕੇ ਇਲਾਕੇ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਪੈਨਸਲ ਦੀ ਸਹਾਇਤਾ ਦੇ ਨਾਲ ਇਸਨੇ SSP ਗੁਰਦਾਸਪੁਰ ਡਾਕਟਰ ਨਾਨਕ ਸਿੰਘ ਦਾ ਐਸਾ ਸੁੰਦਰ ਸਕੈਚ ਕਾਗਜ਼ ਦੇ ਉੱਤੇ ਉਕੇਰਿਆ ਕਿ ਡਾਕਟਰ ਨਾਨਕ ਸਿੰਘ ਨੇ ਖੁਦ ਉਸਦੇ ਹੱਥੋਂ ਇਹ ਤਸਵੀਰ ਪ੍ਰਾਪਤ ਕੀਤੀ ਅਤੇ ਉਸਦਾ ਸਨਮਾਨ ਵੀ ਕੀਤਾ ਤੇ ਜਦੋਂ ਇਸਦੇ ਪਰਿਵਾਰ ਦੇ ਨਾਲ ਇਸਦੀ ਸਰੀਰਕ ਕਮੀ ਬਾਰੇ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਜੇਕਰ ਪਰਮ ਨੂੰ ਕੋਈ ਦਾਨੀ ਸੱਜਣ ਕੋਕਲੀਆਂ ਨਾਮਕ ਆਰਡਨ ਡੋਨੇਟ ਕਰਦਾ ਹੈ ਤਾਂ ਉਹ ਠੀਕ ਹੋ ਸਕਦਾ ਹੈ ਯਾਨੀ ਉਹ ਬੋਲਣ ਸੁਣਨ ਦੇ ਕਾਬਿਲ ਬਣ ਸਕਦਾ ਹੈ ਕੀ ਨਾਂ ਜੀ ਆਪਣਾ ਮੈਂ ਨਾਂ ਰਜੀਵ ਕੁਮਾਰ ਰਜੀਵ ਜੀ ਦੱਸ ਦਿਓ ਤੁਹਾਡਾ ਬੇਟਾ ਵਾ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਲੇਕਿਨ ਪਰਮਾਤਮਾ ਨੇ ਕਿਹੜੀ ਕਲਾ ਵਾ ਉਹ ਬਖਸ਼ੀ ਹੋਈ ਆ ਕਦੋਂ ਪਤਾ ਲੱਗਾ ਵੀ ਇਹ ਕਲਾ ਜਿਹੜੀ ਇਹਦੇ ਹੱਥ ਵਿੱਚ ਹੈਗੀ ਆ ਇੱਕ 5-6 ਸਾਲ ਤੋਂ ਸਕੂਲ ਜਾਂਦਾ ਸੀ ਗੁਰਦਾਸਪੁਰ ਉੱਥੋਂ ਉਹਦੀ ਟੀਚਰ ਸੀਗੇ ਉਹਨੇ ਵੇਖਿਆ ਕਿ ਇਹਦੇ ਹੱਥ 'ਚ ਕੋਈ ਗੁਣ ਹੈਗਾ ਵਾ ਪੇਂਟਿੰਗ ਦਾ ਉਹਨੇ ਇਹਨੂੰ ਬੁਲਾਇਆ ਸੀ ਆਪਣੇ ਘਰ ਕਿ ਸਾਡੇ ਘਰ ਆ ਕੇ ਤੂੰ ਆ ਕੇ ਪੇਂਟਿੰਗ ਮੈਂ ਤੁਹਾਨੂੰ ਸਿਖਾਵਾਂਗੀ ਤੂੰ ਸਿੱਖਿਆ ਕਰ ਫਿਰ ਡੇਲੀ ਗੁਰਦਾਸਪੁਰ ਜਾਂਦਾ ਰਿਹਾ ਉੱਥੇ ਪੇਂਟਿੰਗ ਸਿੱਖਦਾ ਰਿਹਾ ਉਹ ਮੈਡਮ ਕੋਲ ਮੈਡਮ ਨੇ ਹੀ ਇਹਨੂੰ ਬੇਸ ਬਣਾਇਆ ਤਾਂ ਪੇਂਟਿੰਗ ਦਾ ਜੇ ਗੱਲ ਕੀਤੀ ਜਾਵੇ ਬੇਟੇ ਤੁਹਾਡੇ ਵੀ ਇਹ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਕਦੋਂ ਪਤਾ ਲੱਗਾ ਵੀ ਇਹ ਜਿਹੜੀ ਸੁਣਨ ਬੋਲਣ ਦੀ ਸਮਰੱਥਾ ਨਹੀਂ ਹੈਗੀ ਇਹਨਾਂ 'ਚ ਇਹ ਬਚਪਨ ਤੇ ਬਾਈ ਬਰਥ ਹੀ ਇਹਨੂੰ ਪ੍ਰੋਬਲਮ ਸੀਗੀ ਅਤੇ ਫਿਰ ਜਦੋਂ 2 ਸਾਲ ਦਾ ਹੋਇਆ ਸਾਨੂੰ ਉਦੋਂ ਫਿਰ ਪਤਾ ਲੱਗਿਆ ਕਿ ਬਾਈ ਬਰਥ ਹੀ ਜਮਾਂਦਰੂ ਜਿਹਨੂੰ ਕਹਿੰਦੇ ਆ ਉਹਨੂੰ ਕੀ ਪ੍ਰੋਬਲਮ ਹੈਗੀ ਇਹ 'ਚ ਕਮੀ ਹੈਗੀ ਇਸ ਚੀਜ਼ ਦੀ ਉਦੋਂ ਮਨ ਦੇ ਵਿੱਚ ਆਇਆ ਨਹੀਂ ਵੀ ਤੁਹਾਡੇ ਹੋਰ ਵੀ ਬੱਚੇ ਹੈਗੇ ਨੇ ਉਹ ਠੀਕ ਨੇ ਜੇ ਇਹ ਬੱਚਾ ਇਸ ਤਰ੍ਹਾਂ ਆ ਗਿਆ ਮਨ ਦੇ ਵਿੱਚ ਕਦੀ ਆਇਆ ਨਹੀਂ ਵੀ ਕਾਫੀ ਇਹ ਵੀ ਵੱਡਾ ਕੁਛ ਬਣਨਾ ਚਾਹੁੰਦਾ ਸੀਗਾ ਬਹੁਤ ਕੁਛ ਆਇਆ ਜੀ ਨਾ ਮਾਣ ਵਾਲੀ ਕਿਹੜੀ ਗੱਲ ਹੈ ਬਹੁਤ ਕੁਛ ਆਇਆ ਮਨ ਬੜਾ ਸਭ ਪਰਿਵਾਰ ਦਾ ਬੜਾ ਦੁਖੀ ਰਿਹਾ ਲੇਕਿਨ ਇਹਦੇ ਕਰਕੇ ਇਹੀ ਮਿਹਨਤ ਵੀ ਬੜੀ ਕੀਤੀ ਹੈ ਕਿ ਇਹਨੂੰ ਮਤਲਬ ਕਿ ਠੀਕ ਹੋ ਜਾਵੇ ਲੇਕਿਨ ਇਹਦੀ ਕੋਈ ਬਣੀ ਨਹੀਂ ਗੱਲਬਾਤ ਇਹਨੂੰ ਉਦੋਂ ਅੰਮ੍ਰਿਤਸਰ ਚੰਡੀਗੜ੍ਹ ਸਰ ਗੰਗਾ ਰਾਮ ਹੋਸਪਿਟਲ ਦਿੱਲੀ ਤੱਕ ਵੀ ਇਹਦੀ ਅਪਰੋਚ ਕੀਤੀ ਹੈ ਲੇਕਿਨ ਇਹਦੀ ਕੋਈ ਗੱਲਬਾਤ ਬਣੀ ਨਹੀਂ ਕੋਈ ਐਸੀ ਕਿ ਜਿਹਨਾਂ ਨਾਲ ਬਿਲਕੁਲ ਠੀਕ ਹੋ ਜਾਵੇ ਉਹਦੇ ਬਾਵਜੂਦ ਅਸੀਂ ਹਾਰ ਨਹੀਂ ਮੰਨੀ ਅਤੇ ਇਹਨੂੰ ਇਹ ਸਪੀਚ ਥਰਾਪੀ ਕਰਵਾਈ ਦੇਖੋ ਇਸ ਸਪੀਚ ਥਰਾਪੀ ਦੇ ਨਾਲ ਇਹ ਹੈ ਕਿ ਲਿਪਸ ਰੀਡਿੰਗ ਨਾਲ ਸਾਨੂੰ ਗੱਲ ਆਪਣੀ ਸਮਝਾਉਂਦਾ ਅਤੇ ਲਿਪਸ ਰੀਡਿੰਗ ਨਾਲ ਹੀ ਸਾਡੀ ਗੱਲ ਸਮਝਦਾ ਇਹ ਇਸ਼ਾਰਾ ਕੋਈ ਨਹੀਂ ਕਰਦਾ ਨਾ ਇਹ ਨੂੰ ਇਸ਼ਾਰਾ ਕਰਨੇ ਆ ਨਾ ਇਹ ਕੋਈ ਇਸ਼ਾਰਾ ਸਾਨੂੰ ਕਰਦਾ ਕੋਈ ਗੱਲ ਸਮਝਾਉਣ ਵਾਸਤੇ ਤਸਵੀਰਾਂ ਦੀ ਗੱਲ ਕੀਤੀ ਜਿਹੜੀ ਤਸਵੀਰਾਂ ਬਣਾਉਂਦੇ ਨੇ ਇਹ ਕਿੰਨੇ ਸਮੇਂ ਵਿੱਚ ਬਣਾ ਦਿੰਦਾ ਅਤੇ ਕਿੱਧਰ ਵੇਖ ਕੇ ਬਣਾਉਂਦਾ ਤਸਵੀਰਾਂ ਇਹ 2-3 ਘੰਟੇ ਤਸਵੀਰ ਤਿਆਰ ਕਰਦਾ 3 ਕੁ ਘੰਟੇ ਤਸਵੀਰ ਤਿਆਰ ਕਰ ਲੈਂਦਾ ਕੋਈ ਵੇਖ ਕੇ ਕਿਸੇ ਵੱਲ ਤਸਵੀਰ ਨਾਲ ਤਸਵੀਰ ਵੇਖ ਕੇ ਇਹ ਤਿਆਰ ਕਰ ਲੈਂਦਾ ਉਸੇ ਵੇਲੇ 2-3 ਘੰਟੇ ਤਸਵੀਰ ਤਿਆਰ ਕਰ ਦਿੰਦਾ ਇਹਨਾਂ ਨੇ SSP ਗੁਰਦਾਸਪੁਰ ਦੀ ਤਸਵੀਰ ਵੀ ਬਣਾਈ ਸੀ ਉਸ ਪਿੱਛੇ ਕੀ ਕਾਰਨ ਸੀ ਕਿਉਂ ਤਸਵੀਰ ਕਿਸੇ ਨੇ ਕਿਹਾ ਸੀ ਜਾਂ ਵੈਸੇ ਬਣਵਾਈ ਸੀ SSP ਗੁਰਦਾਸਪੁਰ ਦੀ ਆਪਣੇ ਤਸਵੀਰ ਇਹਨੇ ਐਕਚੁਅਲੀ ਇਹਦੇ ਫਾਦਰ ਸਾਹਿਬ ਦਾ ਮੋਟਰਸਾਈਕਲ ਗੁਆਚ ਗਿਆ ਜੀ ਆਪਣੇ ਕੋਈ ਚੁੱਕ ਕੇ ਲੈ ਗਿਆ ਆਪਣੇ ਸ਼ੋਪ ਸੀ ਸ਼ੋਪ ਤੋਂ ਕੋਈ ਚੁੱਕ ਕੇ ਲੈ ਗਿਆ ਜੀ ਅਤੇ ਉਹਦੇ ਇਹਦੇ ਮਨ ਦੇ ਵਿੱਚ ਗੱਲ ਆਈ ਕਿ ਜਿਹੜੇ ਮੋਟਰਸਾਈਕਲ ਗੁਆਚਾ ਵਾ ਉਹ ਆਪਣੇ ਪੁਲਿਸ ਹੀ ਲੱਭ ਸਕਦੀ ਆ ਇਸ ਕਰਕੇ ਇਹਨੇ ਫੇਸਬੁੱਕ ਦੇ ਵਿੱਚ ਨਾ ਆਪਣੇ SSP ਡਾਕਟਰ ਨਾਨਕ ਸਿੰਘ ਅਤੇ ਉਹਨਾਂ ਦੇ ਬੱਚੇ ਦੀ ਫੋਟੋ ਆਪਣੇ ਕੱਢੀ ਅਤੇ ਫਿਰ ਉਹਨੂੰ ਉਹਦਾ ਤਿਆਰ ਕੀਤੀ ਫੋਟੋ ਤਿਆਰ ਕਰਕੇ ਅਤੇ ਫਿਰ ਮੈਨੂੰ ਇਹਨੇ ਕਿਹਾ ਕਿ ਮੈਂ ਉਹਨੂੰ ਭੇਟ ਕਰਨਾ ਚਾਹੁੰਦਾ ਫਿਰ ਮੈਂ ਇਹਦੇ ਨਾਲ ਗਿਆ ਅਤੇ SSP ਸਾਹਿਬ ਨੂੰ ਫੋਟੋ ਭੇਟ ਕੀਤੀ ਫਿਰ ਉੱਥੇ ਇਹਨੇ ਗੱਲ ਕੀਤੀ ਕਿ ਮੈਂ ਸਾਡਾ ਮੋਟਰਸਾਈਕਲ ਵੀ ਜਿਹੜਾ ਗੁਆਚਾ ਉਹਦੀ ਲੱਭਣ ਦੀ ਕੋਸ਼ਿਸ਼ ਕਰੋ
अपनी जी दिल की भावना से तस्वीर राही दसन की कोशिश की। अजिंह होर भी कोई भावना होगी जी दसन की कोशिश की होगी, कोई तस्वीर बनाई ने? ये तस्वीर अपने जो मन च प्यार जो मन च हित हों जिनू जिदा अपने मेरे फादर साहब जो दादा जी जे तो चार साल पहले उन्हें डैथ हो गई उन्होंने फोटो बनाई दी है, अपनी मदर की फोटो बनाई है, अपनी सिस्टर जिन्हों बड़ा प्यार करता वो फोटो बनाई दी है। अच्छी जरा जरा मन मन लगता अपने मन के नाल फोटो बना रहा भगवान की तेजे सामने बना रहा भगवान गणेश की फोटो बना रहा मूर्ति बना रहा फोटो बाकी भी फोटो बनाई ते अगे ही सारिया तस्वीर वेख सकते हो कि नौजवान के वालों हूँ भी जी पेंटिंग वो की जा रही है, काफ़ी तस्वीर जीडिया काफ़ी वधिया सुंदर तस्वीर जी हूँ तक बनाई गई भगवान गणेश की जी तस्वीर तुम वेख सकते हो कि वो वालों बनाई जा रही है तो काफ़ी हद तक जी चंगी तस्वीर जो बनाने की कोशिश कर रहे नौजवान तो इन्हों के ब्रदर भी मेरे ना गया उन्होंने गलबात करने की कोशिश करते हैं। तुम दस दौ जी ते ब्रदर ने तस्वीर बनाते हैं किस तरह लगता मन के सोच के? बहुत वधिया लगता जी, बहुत प्राउड फील हों ब्रदर से कि पेंटिंग स्कैच बहुत वधिया बनाते हैं, जी चीज़ वेखते हैं उन्होंने स्कैच बनाने की कोशिश करते हैं कि हाँ मैं देखी ये चीज़ तो मैं क्यों ना मतलब ट्राई करा स्कैच करने का। जो गल की जाए तो कभी गल साझी की हो बनना चाहता वा एम की है? एम यही है जी कि मैं स्कैचिंग बहुत वधिया करता, मैं पेंटिंग बहुत वधिया करता, मैं अगे जाके मेरी जी पेंटिंग ने वो लोग देखने एप्रीशिएट करन ते मैं अगे जाके अपनी स्किल नूं इंप्रूव करके होर वधिया ढंग नाल पेंटिंग करा। बहुत वड्डे वड्डे इंडिया च भी हैगी पर्सनैलिटीज़ हैगी ने पेंटिंग वाले, उन्होंने भी मैं मतलब उन्होंने तक पहुँचा तो अपने मतलब उन्होंने वर्गा बना मैं भी। तुसी ब्रदर हो कभी उसने गल साझी करने की कोशिश नहीं की भी जो वो भी तुहाडे नूं बोल सकता हुंदा जां सुन सकता हुंदा? फील तो होंगे ही जी सारे कि हाँ मतलब मैं भी नॉर्मल हों मैं भी ठीक रहा फील तो होंगे ही करता ही है गल बट ठीक है जो भी है मतलब की कह सकते हैं बट हाँ गिफ्ट भी तो मिले पेंटिंग का बहुत वधिया पेंटिंग करता है विदाउट किसी की सिखाई तो सिख्या भी किसी तो नहीं बस यूट्यूब इंटरनेट तो देख देख के ही मतलब इन्नी वधिया पेंटिंग कर लैंदा इहनूं कोई वधिया अगर कोई टीचर भी मिल जाए कोई सिखाने वाला या कोई स्किल इंप्रूव हो जाए तो कितों तक पहुँचेगा मतलब आप सोच सकते हैं कि हाँ मतलब बिना सिखाए इतों तक पहुँचे। जे गल की जाए डॉक्टर के माहिर गलबात की हो जेकर ये दोबारा सुन जा बोल सकते हो? हाँ जी आप बहुत वे वे होस्पिटलों विखाया DMC विखाया गंगा राम होस्पिटल विखाया PGI चंडीगढ़ विखाया मतलब नॉर्थ इंडिया काफ़ी जिन्हें नामी होस्पिटल ने सारे तक आप पहुँचे हैं। PGI च एक ENT डिपार्टमेंट के डॉक्टर से उन्होंने आप गल की तो उन्होंने कहा कि इन्होंने कोकलिया एक ऑर्गन होंगे कन के ट्रांसप्लांट अगर हो जाए तो ठीक हो जाएंगे बिल्कुल उन्होंने बोलन की सुनने का वापस आ जाएगा तो सू कोकलिया वास्ते एक डोनर की जरूरत सी तो डोनर नहीं मिले आप काफ़ी 5-7 साल पहले पूछा सी तो हूँ हाँ हले तक हमें कोई डोनर नहीं मिलेगा तो थोड़ा जहा फाइनैशियल खर्चा भी है तो थोड़ा जहा डोनर का भी हाँ मिलन करके आप पिछे रह गए अगर अज भी डोनर मिल जाए तो ठीक हो जाएंगे पूरी तरह। सरकार की गल की जाए तो सरकार बारे की सोचते हो सरकार अजे नौजवान वास्ते अजे बच्चों वास्ते गाँव उत्साहित करने वास्ते कोई जिदा स्किल सेंटर की गल की जाती है लगता भी सरकार पहलकदमी करनी चाहिए? बिल्कुल जी सरकार ने स्किल सेंटर तो खोले बट उस स्किल सेंटर में एक स्टाफ की बहुत ज़्यादा कमी है कि स्टाफ है ही नहीं एक उससे स्टाफ की भर्ती प्रॉपर की जाए दूजा अगर स्किल सेंटर खोले तो किदा इंप्रूवमेंट करना वास्ते प्रॉपर एक फ्रेमवर्क तैयार किया जाए कि आप बच्चों वास्ते की कर सकते हैं नॉर्मल बच्चा तो कुछ भी कर लेगा वो सोच भी सकता वो कर भी सकता इन्हों तो एक स्पैशल सपोर्ट की लड़ हूँ जिन्नी देर तक एक्सपर्ट एडवाइस पेरेंट्स भी नहीं मिलती तो पेरेंट्स भी किदा प्रोसीड करेंगे इन्हों बच्चों के केयर करने वास्ते क्योंकि अज के टाइम के पढ़े लिखे पेरेंट्स ही कर लेंगे बहुत पेरेंट है जिन्होंने आप पढ़ाई नहीं की होंगी तो उन्होंने भी एक एक्सपर्ट एडवाइस की भी लड़ है दूजा उन्होंने बच्चों वास्ते एक सलाहकार की भी लड़ हैगी कि किदा करना किदा वधना अगे इस अगर यह सलाह मिल जाए प्रॉपर इन्हों के टैलेंट नरिश किया जाए तो बच्चे कितने पहुँच सकते हैं बहुत टैलेंटेड बच्चे होंगे ने। तुसी वेख्या कि यह पर्व का परिवार हैगा वा जिदे वालों कहा जा रहा कि जेकर जो कोकलिया नाम का ऑर्गन वा जो इस मिल सकता डोनर मिल सकता तो यह भी जोड़ा वा ठीक हो सकता नॉर्मल बच्चों वगू हो सकता ना ही उन्होंने सरकार भी अपील की हैगी कि सरकार जोड़े ने जोड़े अजिहे बच्चे है जो स्पैशल बच्चे है उन्होंने वास्ते सरकार भी कुछ सोचे वधिया स्किल सेंटर जोड़े बनाए जाता जो जी इन्हों की कला वा वो उत्साहित हो सके ये भी अपना चंगे ढंग के चंगे समाज में जोड़ा वा जी सकन। कैमरा परसन सतविंदर सिंह के नाल अवतार सिंह द समर न्यूज़ गुरदासपुर। वधेरी जानकारी लई लाइक करो साडे फेसबुक पेज नू ते सबसक्राइब करो यूट्यूब चैनल नू ते इंस्टाग्राम नू फॉलो करना ना भूलियो।